मर्द मर्द है, एवी तां इक औरत ही दसदी है। फिर मर्द नूं किस गल दा वहम कि ओह मर्द है। नहीं मिली लगे राह बदल गए। ਫੁੱਦੂ ਲੱਗਦੇ ਆ ਕਿਹੜੇ ਕਹਿੰਦੇ ਅਸੀਂ ਦਾਰੂ ਨਹੀਂ ਅਸੀਂ ਬੀਅਰ ਪੀਂਦੇ ਹਾਂ। ਇਹ ਸਾਰਾ ਨਸ਼ਾ ਤਾਂ ਬੀਅਰ 'ਚ ਵੀ ਹੁੰਦਾ ਹੁੰਦਾ ਬਾਈ। ਉਹ ਭਾਬੀ ਨੀ ਇਹਨੇ ਤਾਂ ਕਾਲਜਾ ਫੂਕਤਾ ਓਏ। ਕੁਲਫੀਆਂ ਫੜ ਲਾ ਬਾਬੇ ਦੋ, ਖਬਰਾਂ ਕਾਲਜੇ ਠੰਡ ਪੈ ਜੀ। ਤਿੰਨ ਸੱਚ ਗੱਲ ਤਾਂ ਸੁਣ ਲਓ। ਅਰਜੀ ਲਾਈ ਸੀ ਤੁਹਾਡੇ ਦਿਲ ਦੀ ਕਚਹਿਰੀ 'ਚ, ਲੱਗਦਾ ਸਾਡੀ ਫਾਈਲ 'ਤੇ ਧਿਆਨ ਨਹੀਂ ਗਿਆ। ਕਿਹੜੀ ਫਾਈਲ? ਪ੍ਰਪੋਜ਼ ਵਾਲੀ ਅਰਜੀ। ਮੇਰੇ ਮੂੰਹ ਜਵਾਨੀ ਯਾਦ ਆ, ਮੈਂ ਸੁਣਾ ਦਿੰਦਾ। ਸੇਵਾ ਵਿਖੇ ਪ੍ਰਿਆ ਜੀ ਕੌਮਾ, ਮੌਜੂਦਾ ਦਿਲ ਦੀ ਰਾਣੀ ਕੌਮਾ, ਸ਼੍ਰੀ ਕੁਮਾਰੀ ਜੀ, ਬੇਨਤੀ ਕਰਦਾ ਕਿ ਪਿਛਲੇ ਕਈ ਮਹੀਨਿਆਂ ਤੋਂ ਤੁਸੀਂ ਮੇਰੇ ਖਿਆਲਾਂ 'ਚ ਆ ਰਹੇ ਹੋ। ਤੁਹਾਨੂੰ ਪਤਾ ਹੈ ਤਨੋ ਮਨੋ ਮੈਂ ਤੁਹਾਡਾ ਹੋ ਗਿਆ। ਆਪ ਦਾ ਵਿਸ਼ਵਾਸ ਪਾਤਰ ਪੂਰਾ। ਛੱਡ ਮੇਰਾ ਹੱਥ। ਕਿੱਥੋਂ ਤੱਕ ਜਾਏਂਗੀ? ਮੈਨੂੰ ਨਾ ਇਹ ਸਭ ਪਸੰਦ ਨਹੀਂ। ਮੈਨੂੰ ਕਿਹੜਾ ਸਭ ਕੁਛ ਚੰਗਾ ਲੱਗਦਾ? ਹਰ ਰੋਜ਼ ਤੇਰਾ ਰਾਹ ਰੁਕਣਾ। ਇੱਕ ਵਾਰ ਹਾਂ ਕਰ ਦੇ, ਇੱਕ ਵਾਰ। ਜਰ ਜੇ ਨਹੀਂ ਚੰਗਾ ਲੱਗਦਾ ਤੂੰ ਮਨਾ ਕਰ ਦੇ, ਤੂੰ ਕਹਿ ਦੇ ਨਾ ਮੈਂ ਕਮਿਟਡ ਹਾਂ, ਆਪੇ ਪਿੱਛੇ ਹਟ ਜੂ। ਅਸਲ 'ਚ ਨਾ ਮੈਂ ਪਹਿਲਾਂ ਤੋਂ ਹੀ ਕਮਿਟਡ ਹਾਂ। ਤੂੰ ਤਾਂ ਕਹਿੰਦੀ ਸੀ ਕਿ ਮੈਂ, ਚੱਲ ਠੀਕ ਆ ਹਾਂ ਕਰ ਦੇ, ਵਿੱਚ ਮੈਂ ਤੋਰਿਆ ਫਿਰੂ। ਸੈਂਟਰ 'ਚ ਤੈਨੂੰ ਇੱਕ ਵਾਰੀ ਹੱਸ ਕੇ ਕੀ ਬੁਲਾ ਲਿਆ, ਤੂੰ ਤਾਂ ਸਿਰ 'ਤੇ ਚੜ ਗਿਆ। ਬਾਈ ਕੁਲਫੀ, ਭਾਬੀ ਜੀ ਤੁਸੀਂ ਵੀ ਲੈ ਲਓ। ਬਾਈ ਗਰਮੀ ਬਹੁਤ ਆ, ਖੁਰ ਜਾਣਗੀਆਂ।
ਆਥਾ ਲੈ ਲਾ ਖਾ ਲਾ। ਆ ਜਿਹੜੇ ਰੂਪ ਦਾ ਮਾਣ ਕਰਦੇ ਆ ਨਾ, ਜਾਓ ਪਾ ਕੇ ਫੂਕ ਦਿਆਂ। ਅਰੇ ਬਾਈ ਯਾਰ, ਕਿਆ ਯਾਰ, ਕਿਤਨੀ ਰਾਤ ਹੋ ਗਈ ਹੈ, ਜਾਣੇ ਦਿਓ ਨਾ, ਲੜਕੀ ਹੈ ਵਿਚਾਰੀ। ਨਾ ਤੇਰੀ ਭੈਣ ਲੱਗ ਗਿਆ। ਮੇਰੇ ਦਸ ਗਿਣਦੇ ਗਿਣਦੇ ਇਹਨੂੰ ਖਾ ਜਾ, ਨਹੀਂ ਨਾ ਮੇਰਾ ਉਹ ਮੂੰਹ ਦੇਖੇਗੀ ਜਿਹੜਾ ਕਦੇ ਦੇਖਿਆ ਨਹੀਂ ਹੋਣਾ। ਫੜ ਲਾ, ਫੜ। ਯਾਰ ਦੇਖੀ ਕੋਈ ਬਲੈਕ ਟੀ ਸ਼ਰਟ ਵਾਲਾ ਮੁੰਡਾ ਪਿੱਛੇ ਤਾਂ ਨਹੀਂ ਆ ਰਿਹਾ? ਹਾਂ, ਪਰ ਗੱਲ ਕੀ ਹੋਈ? ਤੂੰ ਚੱਲ। ਕੀ ਗੱਲ ਹੈ, ਮੈਂ ਬਹੁਤ ਦੇਰ ਤੋਂ ਦੇਖ ਰਹੀ ਹਾਂ, ਤੁਸੀਂ ਮੈਨੂੰ ਘੂਰ ਰਹੇ ਹੋ, ਕੀ ਗੱਲ ਹੈ? ਦਰਅਸਲ ਗੱਲ ਕਰਨੀ ਸੀ ਤੁਹਾਡੇ ਨਾਲ। ਹਾਂ ਦੱਸ, ਕੀ ਗੱਲ ਕਰਨੀ ਹੈ? ਇੱਕ ਮਿੰਟ, ਸਾਈਡ ਤੇ ਆਉਂਗੇ? ਜੋ ਗੱਲ ਕਰਨੀ ਹੈ ਨਾ ਇੱਥੇ ਹੀ ਕਰ, ਸਿੱਧਾ ਹੋ ਕੇ। ਦਰਅਸਲ ਜਿਵੇਂ ਤੁਸੀਂ ਸਮਝ ਰਹੇ ਹੋ ਇਦਾਂ ਦਾ ਕੁਝ ਨਹੀਂ। ਮੈਂ ਨਾ ਤੇਰੇ ਵਰਗੇ ਮੁੰਡਿਆਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਹਾਂ। ਤੇਰੇ ਵਰਗੇ ਮੈਂ 36 ਵੇਖੇ ਆ। ਤੂੰ ਛੱਡ ਦੇ ਯਾਰ। ਮਨਦੀਪ, ਤੈਨੂੰ ਉਸ ਮੁੰਡੇ ਦੀ ਗੱਲ ਸੁਣ ਲੈਣੀ ਚਾਹੀਦੀ ਸੀ, ਭਾਵੇਂ ਸਾਈਡ ਤੇ ਹੋ ਕੇ ਸੁਣ ਲੈਂਦੀ। ਯਾਰ ਗੱਲ ਤਾਂ ਮੈਂ ਕਰ ਲੈਂਦੀ, ਪਰ ਜਿਸ ਹਿਸਾਬ ਨਾਲ ਉਹ ਚੋਰੀ ਚੋਰੀ ਵੇਖ ਰਿਹਾ ਸੀ ਨਾ, ਬਸ ਉਦੋਂ ਹੀ ਮੇਰਾ ਪਾਰਾ ਹਾਈ ਹੋ ਗਿਆ। ਇੱਕ ਵਾਰੀ ਨਹੀਂ, ਇਹ ਕਈ ਵਾਰੀ ਹੋਇਆ। ਮੈਨੂੰ ਨਾ ਉਹਦੀ ਵੇਖਣੀ ਬੜੀ ਗੰਦੀ ਲੱਗੀ। ਬਾਕੀ ਤੈਨੂੰ ਆਪਣੇ ਘਰਦਿਆਂ ਦਾ ਪਤਾ ਹੀ ਹੈ। ਗੱਲ ਕਰਨੀ ਸੀ ਤੁਹਾਡੇ ਨਾਲ। ਕੀ ਬਦਮੀਜ਼ੀ ਹੈ! ਇਹ ਤੂੰ ਕੀ ਕੀਤਾ? ਜੇ ਮੁੰਡੇ ਨੇ ਕੁਛ ਕਰਤਾ ਫਿਰ ਕੀ ਪਤਾ ਕੌਣ ਸੀ। ਗੱਲ ਸੁਣ ਲੈਣੀ ਚਾਹੀਦੀ ਸੀ, ਪਰ ਹੁਣ ਤਾਂ ਟਾਈਮ ਲੰਘ ਗਿਆ। ਹਾਂ, ਘਰਦਿਆਂ ਨੂੰ ਇੱਕ ਵਾਰ ਦੱਸ ਦਿੰਦੀ ਆ, ਫਿਰ ਮੈਨੂੰ ਐਵੇਂ ਨਾ। ਕਿਹਾ ਸੀ ਨਾ ਤੈਨੂੰ ਐਡੇ ਵੱਡੇ ਸ਼ਹਿਰ ਜਾਣ ਦੀ ਕੋਈ ਲੋੜ ਨਹੀਂ। ਤੂੰ ਵੀ ਆਪਦੇ ਭਰਾ ਦੀ ਜਿੱਦ ਨਾਲ ਉੱਥੇ ਗਈ ਹੈ। ਹਜੇ 2 ਮਹੀਨੇ ਹੋ ਗਏ ਤੈਨੂੰ ਉੱਥੇ ਗਈ ਨੂੰ, ਪਰ ਐਵੇਂ ਕਿਹੜਾ ਕੋਈ ਤੈਨੂੰ ਕੁਛ ਕਹਿ ਜੂ, ਪਹਿਲਾਂ ਕੋਈ ਗੱਲ ਹੋਣੀ ਹੈ। ਪਾਪਾ, ਇੱਦਾਂ ਦਾ ਕੁਛ ਨਹੀਂ ਸੀਗਾ, ਤੁਸੀਂ ਮੇਰੀ ਗੱਲ ਤਾਂ ਸੁਣ ਲਓ ਇੱਕ ਵਾਰੀ। ਰੋਟੀਆਂ ਖਾ ਕੇ ਪਤਾ ਨਹੀਂ ਕਿਵੇਂ ਪਚਾ ਲੈਂਦੀ ਹੈ ਤੂੰ, ਇੱਕ ਗੱਲ ਨਹੀਂ ਪਚਾ ਸਕੀ ਤੂੰ। ਨਾਲੇ ਆਪਣੇ ਪਿਓ ਕੋਲ ਗੱਲ ਕਰਨ ਦੀ ਕੀ ਲੋੜ ਸੀ, ਮੈਨੂੰ ਦੱਸ ਦਿੰਦੀ, ਮੈਂ ਮਰ ਗਈ ਸੀ। ਉਹਨਾਂ ਨੇ ਤੈਨੂੰ ਹਟਾ ਕੇ ਘਰੇ ਬਿਠਾ ਲੈਣਾ ਹੁਣ, ਨਾਲੇ ਤੇਰਾ ਭਰਾ ਵੀ ਤਾਂ ਉੱਥੇ ਸੀ, ਉਹਨੂੰ ਦੱਸ ਦਿੰਦੀ। ਮੰਮੀ, ਹੁਣ ਤੁਸੀਂ ਵੀ ਬੋਲਣ ਲੱਗ ਗਏ, ਮੈਂ ਤਾਂ ਵੀਰੇ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ।
ਤੁਸੀਂ ਜਿੰਨੀ ਜਲਦੀ ਹੋ ਸਕੇ ਆ ਜਾਓ। ਠੀਕ ਹੈ, ਮੈਂ ਵੇਟ ਕਰਦੀ ਹਾਂ। ਭਾਈ ਕਿੱਥੇ ਤੂੰ ਯਾਰ? ਯਾਰ ਦੇਣੇ ਪੈਸੇ ਕਿ ਨਹੀਂ ਦੇਣੇ? ਤੈਨੂੰ ਮਹੀਨਾ ਹੋ ਗਿਆ ਲਾਰੇ ਲਾਉਂਦੇ ਨੂੰ, ਦੇਣਾ ਪੈਸੇ? ਓ ਹੈਲੋ, ਨਾ ਹੀ ਉਹ ਮਜ਼ਾਕ ਆ ਜੋ ਤੇਰਾ ਭਾਈ ਮੇਰੀ ਭੈਣ ਨਾਲ ਕਰਦਾ। ਆ ਜਿਹੜੇ ਰੂਪ ਦਾ ਮਾਣ ਕਰਦੀ ਆ ਨਾ, ਪਾ ਕੇ ਫੂਕ ਜਾ। ਕਿ ਆਪਣੀ ਭੈਣ ਦਾ ਦਰਦ ਕੀ ਹੁੰਦਾ?